ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਜਿੱਥੇ ਇੱਕ ਪਾਸੇ ਕਾਂਗਰਸੀ ਵਰਕਰ ਇੱਕਜੁੱਟ ਹੋ ਕੇ ਲੋਕ ਸਭਾ ਚੋਣਾਂ ਜਿੱਤਣ ਦਾ ਦਾਅਵਾ ਕਰ ਰਹੇ ਨੇ ਤਾਂ ਦੂਜੇ ਪਾਸੇ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੇ ਆਪਣੀ ਸਰਕਾਰ ਉੱਤੇ ਨਿਸ਼ਾਨੇ ਸਾਧੇ ਨੇ। ਦੁੱਲੋ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਵਿੱਚ ਕਲਚਰ ਪਹਿਲਾਂ ਵਾਲਾ ਨਹੀਂ ਰਿਹਾ, ਜੋ ਟੋਟਲੀ ਬਦਲ ਚੁੱਕਿਆ ਤੇ ਹੁਣ ਪਾਰਟੀ ਵਿੱਚ ਮਿਹਨਤੀ ਵਰਕਰਾਂ ਦੀ ਥਾਂ ਪੈਸੇ ਵਾਲਿਆਂ ਨੂੰ ਟਿਕਟਾਂ ਮਿਲਦੀਆਂ ਨੇ। ਉਹਨਾਂ ਕਿਹਾ ਕਿ ਪਾਰਟੀ ਵਿੱਚ ਬਿਜ਼ਨਸਮੈਨ ਸ਼ਾਮਿਲ ਹੋ ਗਏ ਨੇ। ਦੁੱਲੋ ਇੱਥੇ ਹੀ ਨਹੀਂ ਰੁਕੇ, ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਲਈ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਉਲਟਾ ਕਾਂਗਰਸ ਦੇ ਰਾਜ ਵਿੱਚ ਸੂਬੇ ਵਿੱਚ ਨਸ਼ਾ ਹੋਰ ਵੀ ਵੱਧ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਨੇ ਸੂਬੇ ਦੇ ਵੱਡੇ ਨਸ਼ਾ ਸਮਗਲਰਾਂ ਉੱਤੇ ਕਾਰਵਾਈ ਨਾ ਕੀਤੀ ਤਾਂ ਸਾਡਾ ਅਕਸ ਵੀ ਅਕਾਲੀਆਂ ਵਾਲਾ ਬਣ ਜਾਵੇਗਾ। ਦੇਖੋ, ਸਵਾਲ ਇਹ ਹੈ ਕਿ ਪਾਰਟੀ ਦਾ, ਕਾਂਗਰਸ ਪਾਰਟੀ ਦਾ ਜਿਹੜਾ ਕਲਚਰ ਹੈ, ਈਵਨ ਦੂਸਰੀ ਪਾਰਟੀਆਂ ਜਿਹਦੇ ਵੀ ਕਲਚਰ ਹੈ, ਬੀਜੇਪੀ ਲਾ ਲਓ, ਅਕਾਲੀ ਲਾ ਲਓ, ਇਹ ਕਲਚਰ ਹੀ ਬਦਲ ਗਏ। ਇੱਕ ਪ੍ਰੋਫੈਸ਼ਨ ਬਣ ਗਿਆ, ਲੋਕ ਸੇਵਾ ਦੀ ਬਜਾਏ ਇੱਕ ਬਿਜ਼ਨਸ ਬਣਦਾ ਜਾ ਰਿਹਾ ਸਿਆਸਤ। ਵਰਕਰਾਂ ਦੇ ਸਿਰ 'ਤੇ ਪਾਰਟੀ ਖੜ੍ਹੀ ਹੈ, ਵਰਕਰ ਨੂੰ ਤਾਂ ਚਾਂਸ ਹੀ ਨਹੀਂ ਮਿਲਦਾ। ਔਰ ਮੈਂ ਕਹਿ ਸਕਦਾ ਤਾਂ ਬਿਨਾਂ ਕਿ ਮੇਰੇ ਵਰਗਾ ਵਰਕਰ ਜਿਹੜਾ ਕਿਸੇ ਟਾਈਮ ਇਸ ਪੋਜੀਸ਼ਨ 'ਤੇ ਪਹੁੰਚੇ ਹੈ, ਆਉਣ ਵਾਲੇ ਸਮੇਂ 'ਚ ਹੁਣ ਤਾਂ ਪੈਸੇ ਵਾਲੇ ਲੋਕ ਅੱਗੇ ਆਉਣਗੇ, ਪੈਸੇ ਵਾਲਿਆਂ ਨੂੰ ਤਰਜੀਹ ਦਿੱਤੀ ਜਾ। ਇਹ ਮੈਂ ਜ਼ਰੂਰ ਕਹਾਂਗਾ ਕਿ ਇੱਕ ਨੈਕਸਸ ਹੈ ਪੋਲੀਟੀਸ਼ੀਅਨ ਦਾ, ਹੁਕਮਰਾਨ ਚਾਹੇ ਹੁਣ ਚਾਹੇ ਅਪੋਜੀਸ਼ਨ 'ਚ ਰਹੇ ਹੁਣ, ਇੱਕ ਨੈਕਸਸ ਬਣਿਆ ਹੈ ਆਫਿਸਰ ਦਾ, ਪੁਲਿਸ ਦਾ ਔਰ ਸਮਗਲਰਾਂ ਦਾ। ਉਹ ਜਿੰਨਾ ਤੱਕ ਉਹ ਨੈਕਸਸ ਟੁੱਟਦਾ ਨਹੀਂ, ਪੰਜਾਬ 'ਚ ਨਸ਼ਾ ਖਤਮ ਨਹੀਂ ਹੋ ਸਕਦਾ। ਲੇਕਿਨ ਸਰਕਾਰ ਤਾਂ ਦਾਅਵਾ ਕਰ ਰਹੀ ਹੈ ਅਸੀਂ ਨੈਕਸਸ ਤੋੜਤਾ, ਅਸੀਂ ਨਸ਼ੇ ਦੇ ਲੱਕ ਤੋੜ ਦਿੱਤਾ ਵਾ, ਅਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤਸਕਰ ਫੜੇ ਨੇ, ਡਰੱਗਸ ਤਸਕਰ ਫੜੇ ਨੇ। ਮੈਂ ਕੋਈ ਵੱਡਾ ਤਸਕਰ ਤਾਂ ਦਿਖਾਈ ਨਹੀਂ ਦਿੰਦਾ ਫੜਿਆ ਹੋਇਆ। ਜਿਹੜੇ ਬੱਚੇ ਰੋਜ਼ ਮਰਦੇ ਨੇ ਓਵਰ ਡੋਜ਼ ਨਾਲ, ਉਹ ਨਸ਼ਾ ਕਿੱਥੋਂ ਲੈਂਦੇ ਨੇ? ਫਿਰ ਨਸ਼ਾ ਤਾਂ ਉਹਨਾਂ ਨੂੰ ਲੋਕਲ ਬਾਜ਼ਾਰਾਂ 'ਚੋਂ ਮਿਲਦਾ ਜਾਂ ਉਹਨਾਂ ਨੂੰ ਸਪਲਾਈ ਕਰਦੇ ਨੇ ਪੈਟੀ, ਜਿਹੜੇ ਸਪਲਾਇਰ ਨੇ ਛੋਟੇ ਛੋਟੇ, ਉਹਨਾਂ 'ਤੇ 3000 ਕੁਛ ਕਹਿੰਦੇ ਫੜਿਆ। ਕੋਈ ਵੱਡੇ ਮਗਰਮੱਛ ਤਾਂ ਫੜਿਆ ਹੀ ਨਹੀਂ, ਔਰ ਉਹਨੂੰ ਬ੍ਰੇਕ ਨਹੀਂ ਤੋੜ ਸਕੇ ਵੀ ਇਹ ਕੌਣ ਵਾਲਾ।